जागदे रहो, की करो जागदे रहो। आ एक वचन असी होर मत्ती दी अंजील 24 बाप ओदी 42 आयत नू पढ़ांगे और एदे विच्चों सिखांगे। बड़े ध्यान दे नाल सुनिए। जिन्ना तुसी प्रभु दे वचन वल ध्यान लाओगे ना, उन्ने तुसी बदलते जाओगे, उन्ने तुसी होर दे होर हुंदे जाओगे। ਇਹ 42 ਆਇਤ ਕੀ ਕਹਿ ਰਹੀ ਆ, ਇਹਦੇ ਤੇ ਗੌਰ ਕਰਨਾ ਹੈ ਬਸ। ਸੋ ਜਾਗਦੇ ਰਹੋ, ਸੋ ਤੁਸੀਂ ਜਾਗਦੇ ਰਹੋ, ਕਿਉਂਕਿ ਤੁਸੀਂ ਜਾਣਦੇ ਹੋ, ਕਿਉਂਕਿ ਤੁਸੀਂ ਜਾਣਦੇ ਹੋ ਜੋ ਤੁਹਾਡਾ ਪ੍ਰਭੂ, ਜੋ ਤੁਹਾਡਾ ਜਿਹੜਾ ਪ੍ਰਭੂ ਆ ਨਾ, ਕਿਹੜੇ ਦਿਨ ਆਉਣਾ ਹੈ, ਉਹ ਕਿਹੜੇ ਦਿਨ ਆਉਂਦਾ ਹੈ। ਬੋਲੋ ਹਾਲੇਲੂਯਾ, ਹਾਲੇਲੂਯਾ, ਕਿ ਤੁਸੀਂ ਕੀ ਹੋ, ਜਾਣਦੇ ਹੋ। ਤੁਸੀਂ ਤੇ ਪ੍ਰਭੂ ਨੂੰ ਜਾਣਦੇ ਹੋ ਨਾ, ਹਨਾ। ਇੱਕ ਵਚਨ ਮੈਨੂੰ ਬੜਾ ਵਧੀਆ ਲੱਗਦਾ, ਉਹ ਮੈਂ ਵਚਨ ਸੁਣਾਉਣਾ ਨਾ, ਕਿ ਭਾਵੇਂ ਉਹਨਾਂ ਨੇ ਜਾਣ ਲਿਆ ਪਰ ਫਿਰ ਵੀ ਮੇਰੇ ਜੋਗ ਵਡਿਆਈ ਨਾ ਕੀਤੀ। ਇਹ ਪ੍ਰਭੂ ਕਹਿੰਦਾ ਹੈ, ਪ੍ਰਭੂ ਜੀ ਕਹਿੰਦੇ ਨੇ, ਭਾਵੇਂ ਉਹਨਾਂ ਨੇ ਮੈਨੂੰ ਜਾਣ ਲਿਆ, ਭਾਵੇਂ ਉਹਨਾਂ ਨੇ ਮੈਨੂੰ ਪਹਿਚਾਣ ਲਿਆ, ਪਰ ਮੇਰੇ ਜੋਗ ਵਡਿਆਈ ਨਾ ਕੀਤੀ। ਉਹ ਆਪਣੀਆਂ ਹੀ ਸੋਚਾਂ ਦੇ ਵਿੱਚ ਕੀ ਬਣ ਗਏ ਨੇ, ਨਿਕੰਮੇ ਬਣ ਗਏ। ਪਰ ਤੁਸੀਂ ਨਿਕੰਮੇ ਨਹੀਂ ਬਣਨਾ, ਤੁਸੀਂ ਕੀ ਬਣ ਜਾਓ, ਚੰਗੇ ਬਣ ਜਾਓ, ਕਿਉਂਕਿ ਚੰਗਿਆਂ ਦੀ ਪਹਿਚਾਣ ਜਿਹੜੀ ਆ ਨਾ, ਉਹ ਕੀ ਆ, ਉਹ ਜਾਗਦੇ ਰਹਿੰਦੇ ਨੇ। ਕੀ ਰਹਿੰਦੇ ਨੇ, ਜਾਗਦੇ। ਮੇਰੇ ਪਿਆਰੇ ਭੈਣ ਭਰਾਵੋ, ਇਹ ਜਗ੍ਹਾ ਤੇ ਕੀ ਸਿੱਖਿਆ, ਕਿ ਤੁਸੀਂ ਕੀ ਰਹੋ, ਜਾਗਦੇ। ਇਹ ਨਹੀਂ ਆ ਕਿ ਹੁਣ ਤੁਸੀਂ ਅੱਜ ਤੋਂ ਬਾਅਦ ਚ ਵੀ ਜਾ ਕੇ ਸੌਣਾ ਹੀ ਨਹੀਂ ਆ, ਵੀ ਪਾਸਟਰ ਜੀ ਨੇ ਤੇ ਰਾਤੀ ਵਚਨ ਸੁਣਾ ਦਿੱਤਾ ਵੀ ਜਾਗਦੇ ਰਹੋ ਸੌਣਾ ਹੀ ਨਹੀਂ, ਤੇ ਹੁਣ ਟੀਵੀ ਵੇਖੀ ਜਾਓ ਬਦਲ ਬਦਲ ਕੇ ਫਿਲਮਾਂ, ਹਨਾ। ਜਾਗਣ ਦਾ ਮਤਲਬ ਇਹ ਨਹੀਂ ਆ, ਜਾਗਣ ਦਾ ਮਤਲਬ ਇਹ ਆ ਕਿ ਅਸੀਂ ਪ੍ਰਭੂ ਦੇ ਵਿੱਚ ਜਾਗਣਾ। ਜਿਹੜੀ ਸਾਡੀ ਸੋਚ ਸੁੱਤੀ ਪਈ ਸੀ ਨਾ, ਉਹਨੂੰ ਜਗਾ ਲੈਣਾ। ਜਿਹੜੇ ਸਾਡੇ ਖਿਆਲ ਆਸੇ ਪਾਸੇ ਜਾ ਰਹੇ ਆ ਨਾ, ਉਹਨੂੰ ਕੀ ਕਰ ਲੈਣਾ ਵਾ, ਜਗਾ ਲੈਣਾ। ਸਾਡੇ ਅਸੀਂ ਭੈੜੇ ਜਿਹੜੇ ਕੰਮ ਨੇ ਨਾ, ਉਹਨਾਂ ਤੋਂ ਜਾਗਣਾ, ਉਹਨਾਂ ਤੋਂ ਪਰੇ ਹਟ ਜਾਣਾ ਤੇ ਪ੍ਰਭੂ ਦੇ ਵੱਲ ਆਉਣਾ ਆ, ਤੇ ਚਕੰਨੇ ਰਹਿਣਾ ਆ, ਤੇ ਤਿਆਰ ਵੀ ਰਹਿਣਾ। ਇਹ ਤਿਆਰੀ ਦੇ ਦਿਨ ਆ, ਨਵੀਂ ਵਿਆਹੀ ਦਾ ਜਦੋਂ ਕੁਆਰੀ ਦੇ ਵਿਆਹ ਦੇ ਦਿਨ ਰੱਖੇ ਜਾਂਦੇ ਨੇ ਨਾ, ਤੇ ਉਸ ਦਿਨ ਤੋਂ ਕੀ ਹੋਣੀ ਸ਼ੁਰੂ ਹੋ ਜਾਂਦੀ ਆ, ਤਿਆਰੀ ਹੋਣੀ ਸ਼ੁਰੂ ਹੋ ਜਾਂਦੀ ਆ। ਮਾਂ ਪਿਓ ਆਪਣੇ ਕੰਮ ਚ ਲੱਗ ਜਾਂਦਾ ਆ, ਤੇ ਜਿਹੜੀ ਬੇਟੀ ਹੁੰਦੀ ਉਹ ਆਪਣੇ ਨੂੰ ਸਵਾਰਨਾ ਸ਼ੁਰੂ ਕਰ ਦਿੰਦੀ ਆ। ਤੇ ਜਿਹੜੇ ਆਤਮਿਕ ਲੋਕ ਨੇ, ਉਹ ਪ੍ਰਭੂ ਦੇ ਲਈ ਆਪਣੇ ਆਪ ਨੂੰ ਸਵਾਰਦੇ ਨੇ। ਜਿਵੇਂ ਕੁਆਰੀ ਬਿਊਟੀ ਪਾਰਲਰ ਕੋ ਜਾ ਕੇ ਨਾ, ਤੇ ਆਪਣੇ ਦੁਲੇ ਲਈ ਕੀ ਹੁੰਦੀ ਆ, ਤਿਆਰ ਹੁੰਦੀ ਆ, ਤੇ ਜਿਹੜੇ ਪ੍ਰਭੂ ਦੀ ਦੁਲਹਨ ਆ ਨਾ, ਜਿਹੜੇ ਜਾਗ ਚੁੱਕੇ ਨੇ, ਉਹ ਕੀ ਕਰਦੇ ਨੇ ਭਲਾ, ਉਹ ਪ੍ਰਭੂ ਦੇ ਭਵਨ ਚ ਜਾਂਦੇ ਨੇ। ਉਹਨਾਂ ਦੇ ਵਾਸਤੇ ਬਿਊਟੀ ਪਾਰਲਰ ਜਿਹੜਾ ਆ ਨਾ, ਉਹ ਪ੍ਰਭੂ ਦਾ ਭਵਨ ਆ, ਉਹ ਪ੍ਰਭੂ ਦੀ ਆਰਾਧਨਾ ਜਾ ਕੇ ਕਰਦੇ ਨੇ, ਉਹ ਪ੍ਰਭੂ ਦੀ ਬੰਦਗੀ ਕਰਦੇ ਨੇ, ਤੇ ਪ੍ਰਭੂ ਕੋਲੋਂ ਜਾ ਕੇ ਪਵਿੱਤਰ ਆਤਮਾ ਦਾ ਸੁਰਮਾ ਪਾ ਲੈਂਦੇ ਨੇ।
ਤੇ ਉਹਨਾਂ ਦੇ ਉੱਤੇ ਰੰਗ ਪਤਾ ਕਿਹੜਾ ਚੜਦਾ ਆ? ਪਵਿੱਤਰ ਆਤਮਾ ਦਾ ਰੰਗ ਚੜ ਜਾਂਦਾ ਹੈ ਉਹਨਾਂ ਦੇ ਉੱਤੇ, ਤੇ ਉਹ ਪ੍ਰਭੂ ਦੇ ਲਈ ਕੀ ਹੋ ਜਾਂਦੇ ਨੇ? ਤਿਆਰ ਹੋ ਜਾਂਦੇ ਨੇ। ਮੇਰੀਓ ਪਿਆਰੀਓ ਭੈਣੋ, ਅਸੀਂ ਕੀ ਹੋਣਾ ਵਾ? ਪ੍ਰਭੂ ਦੇ ਲਈ ਤਿਆਰ ਕੀ ਰਵੋ? ਜਾਗਦੇ ਰਵੋ। ਇਹ ਪ੍ਰਭੂ ਜੀ ਕਹਿੰਦੇ ਨੇ ਤੁਹਾਨੂੰ, ਤੁਸੀਂ ਕੀ ਕਰਨਾ ਵਾ? ਹੁਣ ਜਾਗ ਜਾਣਾ। ਸੁੱਤੀ ਸੋਚ ਨੂੰ ਜਗਾ ਲੈਣਾ, ਸਾਡੀ ਕਹਿੰਦੇ ਨਾ ਕਿਸਮਤ ਹੀ ਸੌ ਗਈ ਹੈ, ਸਾਡੀ ਤੇ ਕਿਸਮਤ ਸੌ ਗਈ ਹੈ, ਖਿਤਮ ਕਿਸਮਤ ਹੀ ਬਸ ਖਤਮ ਹੋ ਗਈ ਹੈ। ਪ੍ਰਭੂ ਦਾ ਵਚਨ ਜਿਹੜਾ ਹੈ ਨਾ, ਉਹ ਸੁੱਤਿਆਂ ਨੂੰ ਕੀ ਕਰ ਦਿੰਦਾ ਵਾ? ਜਗਾ ਦਿੰਦਾ ਹੈ। ਕਮਜ਼ੋਰਾਂ ਨੂੰ ਕੀ ਕਰ ਦਿੰਦਾ ਵਾ? ਤੱਕੜੀਆਂ ਕਰ ਦਿੰਦਾ ਹੈ। ਬਿਮਾਰਾਂ ਨੂੰ ਮੰਜੀਆਂ ਤੋਂ ਖੜੇ ਕਰ ਦਿੰਦਾ ਜੇ। ਤੁਸੀਂ ਕੀ ਰਹਿਣਾ ਵਾ? ਜਾਗਦੇ। ਮਸੀਹ ਦੇ ਵਿੱਚ ਜਾਗਣਾ, ਮਸੀਹ ਦੇ ਵਿੱਚ ਹੀ ਸੌਣਾ ਆ, ਤੇ ਮਸੀਹ ਦੇ ਵਿੱਚ ਹੀ ਜਾਗਣਾ। ਜਦੋਂ ਮਸੀਹ ਦੇ ਵਿੱਚ ਸੌਵੋਗੇ ਨਾ, ਮਸੀਹ ਦੇ ਵਿੱਚ ਸੌਣਾ ਵੀ ਆ ਕੇ ਹਨਾ। ਤੇ ਬਾਣੀ ਦੇ ਵਿੱਚ ਲਿਖਿਆ, ਜਿਹੜੇ ਮਸੀਹ ਦੇ ਵਿੱਚ ਹੋ ਕੇ ਮਰ ਗਏ ਨੇ, ਉਹ ਮਰੇ ਨਹੀਂ ਆ, ਉਹ ਕੀ ਹੋ ਗਏ ਨੇ? ਸੌਗੇ ਨੇ। ਤੇ ਸੁੱਤੇ ਦੀ ਕੀ ਹੁੰਦੀ ਆ? ਆਸ। ਸੁੱਤੇ ਦੀ ਕੀ ਹੁੰਦੀ ਆ? ਆਸ। ਵੀ ਇਹ ਸੌ ਗਿਆ ਆ ਸਾਡਾ ਪਾਪਾ, ਸਾਡੀ ਬੇਬੇ ਸੌ ਗਈ ਆ, ਤੇ ਹੁਣ ਕੀ ਕਰੇਗੀ? ਹੁਣੇ ਘੜੀਕ ਨੂੰ ਉੱਠ ਪਵੇਗੀ। ਬਹੁਤ ਸਾਰੀਆਂ ਭੈਣਾਂ, ਮੈਂ ਇੱਕ ਵਾਰੀ ਜਨਾਜ਼ਾ ਡਿਆ, ਜਨਾਜ਼ਾ ਕਰਨਾ ਸੀ। ਮੈਂ ਜਦੋਂ ਪ੍ਰਾਰਥਨਾ ਕਰਨ ਲੱਗਿਆ ਕਰਾਂ, ਇੱਕ ਇਧਰੋਂ ਉਹ ਮੋਟੀ ਜੀ ਭੈਣ ਆਇਆ ਕਰੇ, ਪਤਾ ਨੀ ਉਹ ਘਰ ਕੁਝ ਉਹਨਾਂ ਦੀ ਕੁਝ ਲੱਗਦੀ ਸੀ ਕਿ ਨਹੀਂ ਲੱਗਦੀ। ਉਹ ਤੇ ਦੋਵੇਂ ਹੱਥ 5 ਫੁੱਟ ਤੋਂ ਲਿਆ ਲਿਆ ਕੇ ਆਪਣੇ ਲੱਤਾਂ ਤੇ ਮਾਰਿਆ ਕਰੇ, ਉੱਠ ਪਾਪਾ, ਉੱਠ ਪਾਪਾ। ਮੈਂ ਆਖਿਆ ਵੀ ਇਹਨੂੰ ਜ਼ਿਆਦਾ ਹੀ ਦੁੱਖ ਲੱਗਦਾ ਹੈ। ਹਾਏ ਪਾਪਾ, ਮੈਂ ਤੇਰੇ, ਤੂੰ ਕਿਉਂ ਮਰੀ ਆ? ਤੂੰ ਕਿਉਂ ਮਰਿਆ? ਮੈਂ ਮਰ ਜਾਂਦੀ। ਮੈਂ ਫੜੀ ਬਾਂਹ, ਮੈਂ ਆਖਿਆ ਚੱਲ ਤੈਨੂੰ ਜ਼ਿਆਦਾ ਹੀ ਦੁੱਖ ਆ ਨਾ, ਚੱਲ ਹਾਂ ਭਾਪੇ ਨੂੰ, ਤੇ ਭਾਪੇ ਲਈ ਦੁਆ ਕਰਦੇ ਆ, ਭਾਪਾ ਤਾਂ ਆਪੇ ਉੱਠ ਖਲੋਏਗਾ, ਪਹਿਲੇ ਤੂੰ ਚੱਲ ਹਾਂ। ਉਹਨੂੰ ਮੈਂ ਕਬਰ ਵੱਲ ਖਿੱਚਾਂ ਤੇ ਉਹ ਪਿੱਛੇ ਨੂੰ ਭੱਜੇ। ਇਹ ਕੀ ਆ? ਅਸੀਂ ਕੀ ਕਰਦੇ ਆ? ਵਿਖਾਵਾ ਕਰਦੇ ਆ। ਬੋਲੋ ਹਾਲੇਲੂਯਾ, ਹਾਲੇਲੂਯਾ। ਮੇਰੀ ਉਹ ਪਿਆਰੀ ਉਹ ਭੈਣ, ਜਿਹੜੇ ਮਸੀਹ ਵਿੱਚ ਸੌਂਦੇ ਨੇ ਨਾ, ਜਿਹੜੇ ਮਸੀਹ ਵਿੱਚ ਮਰਦੇ ਨੇ ਨਾ, ਮਸੀਹ ਦੀ ਬੰਦਗੀ ਕਰਦੇ ਕਰਦੇ, ਮਸੀਹ ਦੀ ਆਰਾਧਨਾ ਕਰਦੇ ਕਰਦੇ, ਜਿਨ੍ਹਾਂ ਨੇ ਤੋਬਾ ਕਰ ਲਈ, ਬਪਤਿਸਮਾ ਲੈ ਲਿਆ, ਤੇ ਪ੍ਰਭੂ ਦੇ ਉਹ ਕੀ ਬਣ ਗਏ ਨੇ? ਧੀਆਂ ਪੁੱਤਰ ਬਣ ਗਏ ਨੇ। ਤੇ ਉਹ ਪ੍ਰਭੂ ਕਹਿੰਦਾ ਉਹ ਮਰ ਵੀ ਜਾਣਗੇ ਤੇ ਫਿਰ ਕੀ ਹੋ ਜਾਣਗੇ? ਜੀ ਉੱਠ ਪੈਣਗੇ। ਤੁਸੀਂ ਇਸ ਗੱਲ ਦੀ ਵੀ ਚਿੰਤਾ ਕਰਨੀ ਨਹੀਂ ਆ, ਬਸ ਤੁਸੀਂ ਕੀ ਰਹਿਣਾ ਵਾ? ਜਾਗਦੇ ਹੀ ਰਹਿਣਾ, ਪ੍ਰਭੂ ਦੇ ਵਿੱਚ ਜਾਗਦੇ ਰਹਿਣਾ। ਅਗਲਾ ਵਚਨ ਕੀ ਸਾਨੂੰ ਕਹਿੰਦਾ ਹੈ? ਪੂਰੀ ਆਤ ਹੈ ਨਾ, ਪੜ੍ਹ ਲਈ ਹੈ ਨਾ। ਹਾਂ, ਅਗਲਾ ਇੱਕ ਵਚਨ ਹੋਰ ਆਪਾਂ, ਪਹਿਲਾ ਤੁਸਨੀਕਿਓ 5:6-7 ਐਤ ਵਿੱਚ, ਇਹਦੇ ਵਿੱਚ ਪ੍ਰਭੂ ਸਾਨੂੰ ਕੀ ਕਹਿੰਦਾ? ਇਹਨੂੰ ਵੀ ਆਪਾਂ ਗੌਰ ਕਰਾਂਗੇ। ਪੰਜ ਦੀ ਛੇ ਸੱਤ ਐਤ ਨੂੰ ਪੜੀਏ। ਹਾਂ ਹਾਂ, ਜਲਦੀ ਜਲਦੀ, ਕੋਈ ਨਾ ਟਾਈਮ ਹੈ। ਕਿਉਂ ਤੁਸੀਂ ਸੱਭੇ ਚਾਨਣ ਦੇ ਪੁੱਤਰ ਅਤੇ ਦਿਨ ਦੇ ਪੁੱਤਰ ਹੋ? ਹਾਲੇਲੂਯਾ। ਮੈਂ ਆਪ ਵੀ ਪੜ੍ਹ ਸਕਦਾ ਸੀ, ਮੈਂ ਤੇ ਅੱਗੇ ਵਚਨ ਰੱਖਿਆ ਆ। ਕਈ ਵਾਰੀ ਜੇ ਕੋਈ ਹੋਰ ਕੋਈ ਸੁਣਦਾ ਹੈ ਨਾ, ਤੇ ਕਹਿੰਦੇ ਪਾਸਟਰ ਜੀ ਆਪਣੇ ਕੋਲੋਂ ਹੀ ਪੜ੍ਹਦੇ ਨੇ ਆਪਣੇ ਹੀ, ਤੁਸੀਂ ਕੀ ਬਣ ਜਾਂਦੇ ਹੋ ਫਿਰ ਗਵਾਹ ਬਣ ਜਾਂਦੇ ਹੋ? ਇਹ ਜਗ੍ਹਾ ਤੇ ਆਪਾਂ ਕੀ ਸੁਣਿਆ ਆ? ਫਿਰ ਪੜ੍ਹਿਓ। ਕਿਉਂ ਜੋ
ਕਿਉਂ ਜੋ ਸਭੇ ਚਾਨਣ ਦੇ ਪੁੱਤਰ ਅਤੇ ਦਿਨ ਦੇ ਪੁੱਤਰ ਹੋ। ਤੁਸੀਂ ਚਾਨਣ ਦੇ ਪੁੱਤਰ ਹੋ ਤੇ ਨਾਲੇ ਦਿਨ ਦੇ ਪੁੱਤਰ ਹੋ। ਬੋਲੋ ਹਾਲੇਲੂਯਾ। ਰਾਤ ਦੇ ਪੁੱਤਰ ਨਹੀਂ ਹੋ, ਹੁਣ ਚਾਨਣ ਦੇ ਪੁੱਤਰ ਹੋ। ਤੇ ਯਸੂ ਮਸੀਹ ਕੌਣ ਆ? ਚਾਨਣ। ਬਾਣੀ ਚ ਲਿਖਿਆ ਪ੍ਰਭੂ ਜੀ ਕਹਿੰਦੇ ਨੇ ਮੈਂ ਜਗਤ ਦਾ ਕੀ ਹਾਂ? ਚਾਨਣ। ਤੇ ਤੁਸੀਂ ਕਿਹਦੇ ਪੁੱਤਰ ਹੋ? ਚਾਨਣ ਦੇ ਪੁੱਤਰ ਹੋ। ਤੇ ਜਿਹੜੇ ਚਾਨਣ ਦੇ ਪੁੱਤਰ ਹੁੰਦੇ ਆ ਨਾ, ਉਹਨਾਂ ਦੀ ਜ਼ਿੰਦਗੀ ਚ ਹਨੇਰਾ ਨਹੀਂ ਆਉਂਦਾ। ਉਹ ਹਨੇਰੇ ਚ ਚੱਲਦੇ ਨਹੀਂ ਆ। ਉਹ ਤੁਸੀਂ ਹਨੇਰੇ ਦੇ ਵਿੱਚ ਹੁਣ ਚੱਲਣਾ ਵੀ ਨਹੀਂ ਆ। ਤੁਸੀਂ ਤੇ ਹਨੇਰੇ ਨੂੰ ਛੱਡਿਆ ਆ, ਤੁਸੀਂ ਤੇ ਹਨੇਰੇ ਨੂੰ ਛੱਡ ਕੇ ਚਾਨਣ ਵੱਲ ਆ ਗਏ ਹੋ। ਤੇ ਹੁਣ ਕਿਹਦੇ ਪੁੱਤ ਬਣ ਗਏ ਹੋ? ਚਾਨਣ ਦੇ ਪੁੱਤ ਬਣੇ ਹੋ। ਤੇ ਹੁਣ ਚਾਨਣ ਦੇ ਪੁੱਤ ਬਣੇ ਹੀ ਰਹਿਣਾ। ਹੁਣ ਤੁਹਾਡੇ ਘਰ ਚ ਕੀ ਲੱਗ ਗਿਆ? ਮੀਟਰ ਲੱਗ ਗਿਆ ਆ। ਮੇਰੀਓ ਪਿਆਰੀਓ ਭੈਣੋ, ਬੜੀ ਖੁਸ਼ੀ ਵਾਲੀ ਗੱਲ ਹੈ ਕਿ ਪ੍ਰਭੂ ਨੇ ਕਿ ਤੁਸੀਂ ਕਿਹਦੇ ਪੁੱਤ ਬਣ ਗਏ ਹੋ? ਚਾਨਣ ਦੇ ਪੁੱਤ ਬਣੇ ਹੋ। ਉਹਨਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਦੇ ਘਰ ਚ ਹਨੇਰਾ ਰਹਿੰਦਾ ਹੈ, ਉਹਨਾਂ ਦੇ ਕੋਲ ਜਾ ਕੇ ਵੇਖੋ ਜਿਹੜੇ ਹਨੇਰੇ ਵਿੱਚ ਹੀ ਰਹਿੰਦੇ ਨੇ, ਜਿਹੜੇ ਠੇਡੇ ਹੀ ਖਾਂਦੇ ਰਹਿੰਦੇ ਨੇ, ਜਿਹੜੇ ਡਿੱਗਦੇ ਹੀ ਰਹਿੰਦੇ ਨੇ, ਜਿਹੜੇ ਦੁਖੀ ਰਹਿੰਦੇ ਨੇ। ਹਨੇਰਾ ਜਿਹੜਾ ਹੈ ਨਾ, ਦੁਸ਼ਟ ਦੇ ਕੰਮਾਂ ਨੂੰ ਦਰਸਾਉਂਦਾ ਹੈ, ਦੁਸ਼ਟ ਦੀਆਂ ਕੰਮਾਂ ਨੂੰ ਦਰਸਾਉਂਦਾ ਆ, ਬਿਮਾਰੀਆਂ ਨੂੰ ਦਰਸਾਉਂਦਾ ਆ, ਜਿਹੜੇ ਕਲੇਸ਼ ਰਹਿੰਦੇ ਨੇ ਨਾ ਉਹਨਾਂ ਨੂੰ ਦਰਸਾਉਂਦਾ ਆ। ਫਿਰ ਭੈੜੀ ਸੰਸਾਰ ਦੀਆਂ ਰੀਤਾਂ ਰਿਵਾਜਾਂ ਨੂੰ ਦਰਸਾਉਂਦਾ ਹੈ। ਲਾਲ ਧਾਗਾ, ਪੀਲਾ ਧਾਗਾ, ਹਰਾ ਧਾਗਾ, ਚਿੱਟਾ ਧਾਗਾ, ਲੱਕੜੀਆਂ ਵਾਲਾ ਧਾਗਾ, ਇਹ ਹਨੇਰੇ ਨੂੰ ਦਰਸਾਉਂਦੇ ਨੇ। ਤੇ ਪ੍ਰਭੂ ਇਹਨਾਂ ਚੀਜ਼ਾਂ ਤੋਂ ਕੀ ਕਰ ਦਿੰਦਾ? ਖਤਮ ਕਰ ਦਿੰਦਾ ਹੈ। ਇਹ ਹਨੇਰੇ ਦੇ ਕੰਮ ਨੇ ਸਾਰੇ ਹੀ। ਅੱਜ ਮੰਗਲਵਾਰ ਆ, ਨਹਾਉਣਾ ਨਹੀਂ ਆ, ਅੱਜ ਮੰਗਲਵਾਰ ਆ, ਅੱਜ ਵੀਰਵਾਰ ਆ, ਅੱਜ ਬੁੱਧਵਾਰ ਆ, ਅੱਜ ਜੇ ਵਾਰ ਆ, ਇਹ ਸਾਰੇ ਕੰਮ ਕੀ ਆ? ਹਨੇਰੇ ਦੇ ਕੰਮ ਨੇ। ਤੇ ਤੁਸੀਂ ਕੀ ਛੱਡੇ ਨੇ? ਹੁਣ ਹਨੇਰੇ ਦੇ ਕੰਮ ਕੀ ਕਰ ਦਿੱਤੇ ਨੇ? ਛੱਡ ਦਿੱਤੇ ਨੇ। ਤੇ ਹੁਣ ਕਿੱਧਰ ਆ ਗਏ ਹੋ? ਤੁਸੀਂ ਚਾਨਣ ਦੇ ਪੁੱਤ ਹੋਵੋ। ਚਾਨਣ ਦੇ ਪੁੱਤ ਦੇ ਕੰਮ ਹਨੇਰੇ ਦੇ ਹੋਣ ਤੇ ਪ੍ਰਭੂ ਕੀ ਕਰਨਗੇ? ਪ੍ਰਸੰਨ ਤੁਹਾਡੇ ਤੋਂ ਹੋਣਗੇ? ਪ੍ਰਭੂ ਤੁਹਾਡੇ ਤੋਂ ਖੁਸ਼ ਹੋਣਗੇ? ਕਦੇ ਵੀ ਨਹੀਂ ਹੋਈਏ। ਅਸੀਂ ਪ੍ਰਭੂ ਯਸੂ ਦੇ ਪੁੱਤਰ ਤੇ ਪਿਆਰ ਸਾਡੇ ਵਿੱਚ ਹੋਵੇ ਹੀ ਨਾ, ਮੁਹੱਬਤ ਹੋਵੇ ਹੀ ਨਾ ਸਾਡੇ ਪ੍ਰਤੀ, ਦਇਆ ਤੇ ਹੈ ਹੀ ਨਹੀਂ। ਅਸੀਂ ਉਦੋਂ ਪ੍ਰਭੂ ਦੇ ਪੁੱਤਰ ਆ, ਉਦੋਂ ਚਾਨਣ ਦੇ ਪੁੱਤਰ ਆ, ਜਦੋਂ ਅਸੀਂ ਜਿਸ ਘਰ ਚ ਜਾਈਏ, ਜਿੱਥੇ ਜਾਈਏ ਤੇ ਚਾਨਣ ਨੂੰ ਲੈ ਕੇ ਜਾਈਏ, ਤੇ ਚਾਨਣ ਜਿਹੜਾ ਵਾ ਦੂਜਿਆਂ ਤੱਕ ਹੁੰਦਾ ਜਾਵੇ, ਫਿਰ ਅਸੀਂ ਚਾਨਣ ਦੇ ਪੁੱਤ ਆ। ਉਹਨਾਂ ਚਿਰ ਚਾਨਣ ਦੇ ਪੁੱਤ ਨਹੀਂ ਆ ਤੁਹਾਡੇ। ਤੁਸੀਂ ਚਮਕੋਗੇ ਤੇ ਫੇਰ ਪ੍ਰਭੂ ਜੀ ਕਹਿੰਦਾ ਨਾ, ਤੁਸੀਂ ਤਾਰਿਆਂ ਦੇ ਵਾਂਗ ਕੀ ਕਰੋ? ਚਮਕੋ। ਤੇ ਚਮਕੋਗੇ ਵੀ, ਇਹ ਵੀ ਲਿਖਿਆ ਕਿ ਤੁਸੀਂ ਤਾਰਿਆਂ ਦੇ ਵਾਂਗੂ ਕੀ ਕਰੋਗੇ? ਚਮਕੋਗੇ। ਤਾਰਿਆਂ ਦੇ ਵਾਂਗੂ ਚਮਕੋਗੇ, ਤਾਰਿਆਂ ਦੇ ਵਾਂਗੂ। ਤਾਰੇ ਦੇਖੇ ਕਿੰਨੇ ਚਮਕਦੇ ਨੇ, ਦੂਰ ਤੋਂ ਪਤਾ ਲੱਗਦਾ ਹੈ।